ਰੱਬ ਦੀ ਕਿਰਪਾ ਬਣੀ ਰਹੇ, ਸਾਰਿਆਂ 'ਤੇ ਬਣੀ ਰਹੇ। ਅਸੀਂ ਆਪਣੇ ਵੱਲੋਂ ਆਪਣੀ ਜਿਹੜਾ ਗਿਆ ਦੋਸਤਾਂ ਦਾ, ਜਿਹੜਾ ਆਪਣੇ ਸਾਥੀਆਂ ਦਾ, ਜਿਨ੍ਹਾਂ ਨੇ ਪਾਰਟੀ ਵਾਸਤੇ ਇੰਨੇ ਸਾਲਾਂ ਤੋਂ ਕੰਮ ਕੀਤਾ, ਜਿਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਸਮੇਤ ਲੱਗੇ ਰਹੇ ਔਰ ਪਤਾ ਨਹੀਂ ਜੇਬ 'ਚੋਂ ਕਿੰਨੇ ਪੈਸੇ ਵੀ ਖਰਚ ਕੇ ਪਾਰਟੀ ਦਾ ਕੰਮ ਕਰਦੇ ਰਹੇ। ਮੈਂ ਕਈ ਬੰਦਿਆਂ ਨੂੰ ਇੱਥੇ ਜਾਣਦਾ, ਕਈਆਂ ਨੇ ਤਾਂ ਕੰਮ ਕਰਦੇ ਹੋਏ ਕਦੀ ਪਾਰਟੀ ਤੋਂ ਇੱਕ ਧੇਲੇ ਦਾ ਫਾਇਦਾ ਵੀ ਨਹੀਂ ਮੰਗਿਆ ਔਰ ਤਾਂ ਵੀ ਪਾਰਟੀ ਨੂੰ ਪੂਰਾ ਸਮਰਪਣ ਦੇ ਨਾਲ ਪਾਰਟੀ ਵਾਸਤੇ ਲੱਗੇ ਰਹੇ। ਅਤੇ ਮੈਂ ਉਹ ਸਾਰੇ ਬੰਦਿਆਂ ਦੇ ਅੱਗੇ ਮੇਰਾ ਵੀ ਸਿਰ ਝੁਕਦਾ, ਮੈਂ ਪ੍ਰਣਾਮ ਕਰਦਾ, ਕਿਉਂਕਿ ਇਹ ਪਾਰਟੀ ਜਿਹੜੀ ਹੈਗੀ ਆ ਉਹਨਾਂ ਕਰਕੇ ਖੜੀ ਹੈ। ਅੱਜ ਤੁਸੀਂ ਮੈਨੂੰ ਦੇਖਦੇ ਹੋ, ਕਈ ਪ੍ਰਧਾਨ ਆਉਣਗੇ, ਕਈ ਚਲੇ ਜਾਣਗੇ, ਲੇਕਿਨ ਜਿਹੜਾ ਕਾਰਿਆਕਰਤਾ, ਜਿਹੜਾ ਕਾਰਿਆਕਰਤਾ ਪੱਕਾ ਰਹਿੰਦਾ। ਪ੍ਰਧਾਨ ਤਾਂ ਐਕਸ ਪ੍ਰਧਾਨ ਹੋ ਜਾਂਦਾ, ਐਮ ਪੀ ਐਕਸ ਐਮ ਪੀ ਹੋ ਜਾਂਦਾ, ਪ੍ਰਾਈਮ ਮਿਨਿਸਟਰ ਵੀ ਐਕਸ ਪ੍ਰਾਈਮ ਮਿਨਿਸਟਰ ਹੋ ਜਾਂਦਾ, ਲੇਕਿਨ ਜਿਹੜਾ ਕਾਰਿਆਕਰਤਾ ਉਹ ਕਦੀ ਐਕਸ ਕਾਰਿਆਕਰਤਾ ਨਹੀਂ ਹੁੰਦਾ, ਉਹ ਹਮੇਸ਼ਾ ਹੀ ਕਾਰਿਆਕਰਤਾ ਰਹਿੰਦਾ, ਇਹ ਗੱਲ ਪੱਕੀ ਹੈਗੀ। ਸੋ ਇਹ ਜਿਹੜੀ ਇਹ ਚੀਜ਼ ਸਾਰਿਆਂ ਵਾਸਤੇ ਹੈਗੀ, ਅਸੀਂ ਵੀ ਇੱਕ ਕਾਰਿਆਕਰਤਾ ਸਮਝ ਕੇ ਕੰਮ ਕਰੀਏ ਅਤੇ ਸਾਡਾ ਵੀ ਦਿਮਾਗ ਠੀਕ ਰਹਿੰਦਾ। ਮੈਨੂੰ ਇਹ ਲੱਗਦਾ ਕਿ ਅੱਜ ਜਿਹੋ ਜਿਹਾ ਸਮੇਂ ਚੱਲ ਰਿਹਾ, ਅਸੀਂ ਇਸ ਸਮੇਂ ਦੇ ਵਿੱਚ ਸਾਰੇ ਜਿੰਨੇ ਇਕੱਠੇ ਹੋ ਕੇ ਆਪਣੇ ਦੇਸ਼ ਵਾਸਤੇ ਜਿਹੜਾ ਹੈਗਾ, ਮੈਂ ਫਿਰ ਇੱਕ ਵਾਰੀ ਮੋਦੀ ਜੀ ਦੀ ਸਰਕਾਰ ਬਣਾ ਪਾਈਏ, ਇਹ ਵਾਲਾ ਇੱਕ ਜਿਹੜਾ ਜਨੂਨ ਜਿਹੜਾ ਜੇ ਆਪਣੇ ਸਾਰੇ ਕਾਰਿਆਕਰਤਾ 'ਚ ਜਾਗ ਜਾਂਦਾ ਅਤੇ ਮੋਦੀ ਜੀ ਦੁਬਾਰਾ ਪ੍ਰਧਾਨ ਮੰਤਰੀ ਬਣਦੇ ਨੇ। ਜਨਤਾ ਪਾਰਟੀ, ਭਾਰਤੀ ਜਨਤਾ ਪਾਰਟੀ, ਸ਼੍ਰੀ ਨਰੇਂਦਰ ਮੋਦੀ, ਸ਼੍ਰੀ ਨਰੇਂਦਰ ਮੋਦੀ।